ਪ੍ਰਸਿੱਧ ਪੰਜਾਬੀ ਗਾਇਕ ਤੇ ਐਕਟਰ ਦਲਜੀਤ ਦੋਸਾਂਝ ਦਾ ਇੰਡੀਆ ਟੂਰ ਵੀ ਵਿਵਾਦਾਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਹੁਣ ਇੱਕ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਦਲਜੀਤ ਦੋਸਾਂਝ ਨੂੰ ਲੀਗਲ ਨੋਟਿਸ ਭੇਜ ਕੇ ਸ਼ੋ ਦੀਆਂ ਟਿਕਟਾਂ ਦੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਲਗਾਏ ਗਏ ਹਨ। ਦਲਜੀਤ ਦਾ ਨਵੀਂ ਦਿੱਲੀ ਵਿਖੇ ਲਾਈਵ ਸ਼ੋ 26 ਅਕਤੂਬਰ ਨੂੰ ਹੋ ਰਿਹਾ ਹੈ। ਦਲਜੀਤ ਦੋਸਾਂਝ ਦੀ ਫੈਨ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਵਿਦਮਾ ਕਪੂਰ ਨੇ ਲੀਗਲ ਨੋਟਿਸ ਭੇਜ ਕੇ ਦੋਸ਼ ਲਗਾਇਆ ਹੈ ਕਿ ਦਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੇ ਵਿੱਚ ਹੇਰਾਫੇਰੀ ਕੀਤੀ ਗਈ ਹੈ, ਜੋ ਕਿ ਵਪਾਰਕ ਕਾਨੂੰਨਾਂ ਦੀ ਉਲੰਘਣਾ ਹੈ। ਇਸ ਦੇ ਨਾਲ ਹੀ ਵਿਦਿਆਰਥਣ ਨੇ ਦੋਸ਼ ਲਗਾਇਆ ਕਿ ਇਹ ਕਸਟਮਰ ਰਾਈਟਸ ਦੀ ਵੀ ਉਲੰਘਣਾ ਹੈ। ਉਸਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਹੀ ਸ਼ੋਅ ਦੀਆਂ ਟਿਕਟਾਂ ਦੀ ਬਲੈਕ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਨਾਲ ਟੈਕਸ ਚੋਰੀ ਵੀ ਕੀਤੀ ਜਾ ਰਹੀ ਹੈ। ਉਸਨੇ ਕਿਹਾ ਕਿ ਟਿਕਟਾਂ ਓਪਨ ਹੋਣ ਦਾ ਸਮਾਂ 12 ਸਤੰਬਰ ਦੁਪਹਿਰ 1 ਵਜੇ ਰੱਖਿਆ ਗਿਆ ਸੀ, ਜਦਕਿ ਇਸ ਸ਼ੋਅ ਦੇ ਪ੍ਰਬੰਧਕਾਂ ਵੱਲੋਂ 1 ਵਜੇ ਤੋਂ ਪਹਿਲਾਂ ਹੀ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ 1 ਵਜੇ ਤੱਕ ਟਿਕਟਾਂ ਪੂਰੀ ਤਰ੍ਹਾਂ ਦੇ ਨਾਲ ਵਿਕ ਚੁੱਕੀਆਂ ਸਨ। ਉਸਨੇ ਦੋਸ਼ ਲਗਾਇਆ ਕਿ ਉਸਨੂੰ 1 ਵਜੇ ਇਸ ਸ਼ੋਅ ਦੀ ਟਿਕਟ ਵੀ ਨਹੀਂ ਮਿਲੀ। ਉਸਨੇ ਦੋਸ਼ ਲਗਾਇਆ ਕਿ ਉਸਦੇ ਖਾਤੇ ਦੇ ਵਿੱਚ ਪੈਸੇ ਵੀ ਕੱਟੇ ਜਾਣ ਦੇ ਬਾਵਜੂਦ ਵੀ ਉਸਨੂੰ ਇਸ ਸ਼ੋਅ ਦੀ ਟਿਕਟ ਨਹੀਂ ਮਿਲੀ। ਬਾਅਦ ਦੇ ਵਿੱਚ ਉਸਦੇ ਅਕਾਊਂਟ ਦੇ ਵਿੱਚ ਪੇਮੈਂਟ ਰਿਫੰਡ ਕਰ ਦਿੱਤੀ ਜਾਂਦੀ ਹੈ। ਉਸਨੇ ਕਿਹਾ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਇਹ ਕਾਲਾ ਬਾਜ਼ਾਰੀ ਦਾ ਧੰਦਾ ਹੈ। ਪ੍ਰਬੰਧਕਾਂ ਦੇ ਆਪਣੇ ਹੀ ਬੰਦੇ ਤੜਾਤੜ ਟਿਕਟਾਂ ਖਰੀਦ ਲੈਂਦੇ ਹਨ ਤੇ ਬਾਅਦ ਦੇ ਵਿੱਚ ਮਹਿੰਗੇ ਦੇ ਭਾਅ ਵਿੱਚ ਇਹ ਟਿਕਟਾਂ ਵੇਚਦੇ ਹਨ। ਇਸ ਦੇ ਨਾਲ ਜਿੱਥੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉੱਥੇ ਟੈਕਸ ਦੀ ਵੀ ਸ਼ਰੇਆਮ ਚੋਰੀ ਕੀਤੀ ਜਾ ਰਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦਲਜੀਤ ਦੋਸਾਂਝ ਅਤੇ ਲਾਈਵ ਸ਼ੋਅ ਦੇ ਪ੍ਰਬੰਧਕ ਇਸ ਨੋਟਿਸ ਦਾ ਕੀ ਜਵਾਬ ਦਿੰਦੇ ਹਨ ਅਤੇ ਜੇਕਰ ਜਵਾਬ ਨਾ ਦਿੱਤਾ ਤਾਂ ਕੇਸ ਅਦਾਲਤ ਦੇ ਵਿੱਚ ਚੱਲ ਗਿਆ ਤਾਂ ਇਸ ਦੇ ਵਿੱਚ ਅਦਾਲਤ ਕੀ ਕਾਰਵਾਈ ਕਰੇਗੀ।